ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਸ਼ਹਿਰੀ ਦੀ ਜ਼ਿਲ੍ਹਾ ਕਾਰਜਕਾਰੀ ਮੀਟਿੰਗ ਜ਼ਿਲ੍ਹਾ ਭਾਜਪਾ ਦਫ਼ਤਰ ਸ਼ਹੀਦ ਹਰਬੰਸ ਲਾਲ ਖੰਨਾ ਸਮਾਰਕ ਅੰਮ੍ਰਿਤਸਰ ਵਿਖੇ ਜ਼ਿਲ੍ਹਾ ਪ੍ਰਧਾਨ ਸੁਰੇਸ਼ ਮਹਾਜਨ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਵੱਡੀ ਗਿਣਤੀ ਵਿੱਚ ਭਾਜਪਾ ਦੇ ਸੂਬਾਈ ਅਹੁਦੇਦਾਰਾਂ, ਜ਼ਿਲ੍ਹਾ ਅਹੁਦੇਦਾਰਾਂ, ਮੋਰਚੇ ਦੇ ਪ੍ਰਧਾਨ, ਸਹਿਲ ਕਨਵੀਨਰ ਸਮੇਤ ਭਾਰੀ ਗਿਣਤੀ ਵਿੱਚ ਵਰਕਰਾਂ ਨੇ ਹਿੱਸਾ ਲਿਆ। ਇਸ ਬੈਠਕ ਵਿੱਚ ਸੂਬਾ ਪ੍ਰਧਾਨ, ਭਾਜਪਾ ਦੇ ਜਨਰਲ ਸਕੱਤਰ ਅਤੇ ਜ਼ੋਨ 1 ਦੇ ਇੰਚਾਰਜ ਜੀਵਨ ਗੁਪਤਾ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਰੇਸ਼ ਮਹਾਜਨ ਨੇ ਆਪਣੀ ਟੀਮ ਦੇ ਨਾਲ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਦਾ ਭਾਜਪਾ ਦਫ਼ਤਰ ਪੁੱਜਣ ਤੇ ਸਵਾਗਤ ਕੀਤਾ। ਇਸ ਮੀਟਿੰਗ ਦੇ ਵਿੱਚ ਜੀਵਨ ਗੁਪਤਾ ਨੇ ਨਵਜੋਤ ਸਿੰਘ ਸਿੱਧੂ ਦੇ ਹਮਲੇ ਕੀਤੇ ਅਤੇ ਬੇਅਦਬੀ ਦੀਆਂ ਘਟਨਾਵਾਂ ਤੇ ਵੀ ਟਿੱਪਣੀ ਕੀਤੀ। ਕੀ ਕਿਹਾ ਉਹਨਾਂ ਨੇ, ਆਓ ਦੇਖਦੇ ਹਾਂ। ਐਸਾ ਹੈ ਕਿ ਅੱਜ ਸਾਡੀ ਸ਼੍ਰੀ ਅੰਮ੍ਰਿਤਸਰ ਸਾਹਿਬ ਭਾਰਤੀ ਜਨਤਾ ਪਾਰਟੀ ਦੀ ਜ਼ਿਲ੍ਹੇ ਦੀ ਕਾਰਜਕਾਰਨੀ ਬੈਠਕ ਸੀ, ਉਸੇ ਸੰਦਰਭ 'ਚ ਮੈਂ ਇੱਥੇ ਆਇਆ। ਔਰ ਇੱਕ ਪ੍ਰਕਿਰਿਆ ਹੁੰਦੀ ਹੈ ਪਾਰਟੀ ਦੀ ਕਿ ਜਦੋਂ ਸੂਬੇ ਦੀ ਕਾਰਜਕਾਰਨੀ ਬੈਠਕ ਹੁੰਦੀ ਹੈ, ਉਹ ਤੋਂ ਫਿਰ ਥੋੜ੍ਹੇ ਦਿਨਾਂ ਬਾਅਦ ਹੀ ਜ਼ਿਲ੍ਹਿਆਂ ਦੀਆਂ ਕਾਰਜਕਾਰਨੀਆਂ ਬੈਠਕਾਂ ਹੁੰਦੀਆਂ। ਸੋ ਉਸੇ ਸੰਦਰਭ 'ਚ ਅੱਜ ਅਸੀਂ ਇੱਥੇ ਦੀ ਬੈਠਕ ਕੀਤੀ ਹੈ। ਔਰ ਦੋਨੇ ਤਿੰਨੇ ਚੀਜ਼ਾਂ ਸੀਗੀਆਂ ਜਿੱਥੇ ਅਸੀਂ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ ਵਾਸਤੇ ਚਰਚਾ ਕਰਨੀ ਹੁੰਦੀ ਹੈ। ਉੱਥੇ ਰਾਜਨੀਤਿਕ ਵਿਸ਼ੇ ਕੀ ਨੇ, ਕਿਹੜੇ ਕਿਹੜੇ ਇਸ਼ੂ 'ਤੇ ਅਸੀਂ ਅੱਗੇ ਵਧਣਾ ਹੈ, ਉਹ ਸਾਰੀਆਂ ਗੱਲਾਂ 'ਤੇ ਇਸ ਬੈਠਕ 'ਚ ਚਰਚਾ ਹੁੰਦੀ ਹੈ। ਫਿਲਹਾਲ ਕਿਸਾਨਾਂ ਦਾ ਇਸ਼ੂ ਕਾਫੀ ਜਿਹੜਾ ਬਰਨਿੰਗ ਇਸ਼ੂ ਬਣਿਆ ਹੋਇਆ, ਉਹਦੇ ਸੰਬੰਧ ਵਿੱਚ ਬੀਜੇਪੀ ਜਿਹੜੀ ਹੈ ਉਹ ਉਹਨਾਂ ਦਾ ਮਸਲਾ ਹੱਲ ਨਹੀਂ ਕਰ ਪਾ ਰਹੀ, ਉਹਦੇ ਬਾਰੇ ਕੀ ਕਹੋਗੇ? ਦੇਖੋ, ਜਿਹੜਾ ਕਿਸਾਨਾਂ ਦੀ ਗੱਲ ਵਾਰ ਵਾਰ ਕੋਈ ਅੱਜ ਲਗਭਗ ਇਹਨੂੰ 1.25 ਸਾਲ ਦੇ ਕਰੀਬ ਹੋ ਗਿਆ, ਔਰ ਤੁਸੀਂ ਸਭ ਨੇ ਦੇਖਿਆ ਹੋਣਾ ਕਿ ਜਿਸ ਢੰਗ ਨਾਲ ਪਹਿਲਾਂ ਇਹ ਅੰਦੋਲਨ ਵੱਡੀ ਮਾਤਰਾ ਦੇ ਅੰਦਰ, ਚਾਹੇ ਉਹ ਦਿੱਲੀ ਦੇ ਬਾਰਡਰ ਦੀ ਗੱਲ ਹੋਵੇ ਚਾਹੇ ਪੰਜਾਬ 'ਚ ਹੋਵੇ, ਜਿਸ ਢੰਗ ਨਾਲ ਪੰਜਾਬ ਦਾ ਕਿਸਾਨ ਨੂੰ ਵਰਗਲਾ ਕੇ ਇਸ ਅੰਦੋਲਨ ਦੇ ਵਿੱਚ ਸ਼ਾਮਿਲ ਕੀਤਾ ਗਿਆ ਸੀ, ਉਹਦਾ ਜ਼ੋਰ ਘਟਿਆ। ਔਰ ਕਾਫੀ ਕਿਸਾਨ ਵੀਰਾਂ ਨੂੰ ਕੇਂਦਰ ਸਰਕਾਰ ਨੇ ਜਿਸ ਢੰਗ ਦੇ ਨਾਲ ਜਿਹੜੀਆਂ ਚੀਜ਼ਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਜਾਂ ਪਾਰਟੀ ਦੇ ਲੋਕਾਂ ਨੇ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਤੁਹਾਡੇ ਮਾਧਿਅਮ ਦੇ ਨਾਲ, ਉਹ ਸਮਝ ਵੀ ਆਈ ਹੈ। ਬੜੀ ਲੰਬੀ ਪੁਰਾਣੀ ਮੰਗ ਸੀਗੀ ਕਿਸਾਨਾਂ ਦੀ ਕਿ ਉਹਨਾਂ ਦੀ ਫਸਲ ਦੇ ਜਿਹੜੇ ਪੈਸੇ ਨੇ ਉਹਨਾਂ ਨੂੰ ਸਿੱਧੇ ਮਿਲਣ, ਉਹ ਕੇਂਦਰ ਸਰਕਾਰ ਨੇ ਉਹ ਮੰਗ ਨੂੰ ਪੂਰਨ ਕੀਤਾ। ਔਰ ਇਹਦੇ ਨਾਲ ਨਾਲ ਜਿਸ ਢੰਗ ਨਾਲ ਪਿਛਲੇ ਸਮੇਂ ਤੋਂ ਕੇਂਦਰ ਸਰਕਾਰ ਕਿਸਾਨਾਂ ਦੇ ਵਾਸਤੇ ਫੈਸਲੇ ਕਰ ਰਹੀ ਹੈ, ਚਾਹੇ ਉਹ DAP ਦੇ ਰੇਟ ਦੇ ਵਿੱਚ ਸਬਸਿਡੀ ਦੇਣ ਦੀ ਗੱਲ ਹੋਵੇ, ਔਰ 2018 ਦੇ ਵਿੱਚ ਜੇ ਤੁਹਾਡੇ ਧਿਆਨ 'ਚ ਹੋਏਗਾ ਕਿ ਕੁੱਲ ਲਾਗਤ ਦਾ 1.5 ਗੁਣਾ MSP ਦੇਣ ਦੀ ਗੱਲ ਹੋਵੇ, ਜਦੋਂ 200 ਰੁਪਏ ਪਰ ਕੁਇੰਟਲ ਝੋਨੇ ਦਾ ਇਕੱਠਾ ਇੱਕ ਵਾਰੀ ਵਧਾਇਆ ਗਿਆ ਸੀਗਾ, ਉਹ ਸਾਰੀਆਂ ਚੀਜ਼ਾਂ ਕਿਸਾਨ ਭਰਾਵਾਂ ਦੇ ਧਿਆਨ 'ਚ ਹੈ। ਔਰ ਪਿਛਲੀਆਂ ਦੋ ਫਸਲਾਂ ਜਦੋਂ ਤੋਂ ਇਹ ਕਾਨੂੰਨ ਲਾਗੂ ਵੀ ਹੋਏ ਨੇ, ਉਸ ਤੋਂ ਬਾਅਦ ਪਿਛਲੀਆਂ ਦੋ ਫਸਲਾਂ ਜਿਹੜੀਆਂ ਉਹ ਪੰਜਾਬ ਦੇ ਅੰਦਰ ਵੱਡੀ ਪੱਧਰ 'ਤੇ ਪਹਿਲਾਂ ਨਾਲੋਂ ਵੀ ਜ਼ਿਆਦਾ ਤਾਦਾਦ ਦੇ ਅੰਦਰ ਉਹ ਚੱਕੀਆਂ ਗਈਆਂ ਔਰ MSP 'ਤੇ ਚੱਕੀਆਂ ਗਈਆਂ। ਔਰ ਇਸ ਵਾਰੀ ਜਿਹੜੀ ਪਿਛਲੀ ਝੋਨੇ ਦੀ ਫਸਲ ਨਿਕਲੀ ਆ, ਉਹਦੀ ਤਾਂ ਬਹੁਤ ਵੱਡੀ ਆਯਾਮ ਹਾਸਲ ਹੋਇਆ ਹੈ, 2 ਲੱਖ ਮੈਟ੍ਰਿਕ ਟਨ ਝੋਨਾ ਜ਼ਿਆਦਾ ਵੀ ਖਰੀਦਿਆ ਗਿਆ, ਔਰ ਸਾਰੀ ਦੀ ਸਾਰਾ ਪੈਸਾ ਜਿਹੜਾ ਹੈ ਡਾਇਰੈਕਟ ਕਿਸਾਨਾਂ ਦੇ ਖਾਤੇ 'ਚ ਗਿਆ। ਸੋ ਇੱਕ ਵੱਡੀ ਅਚੀਵਮੈਂਟ, ਚਲੋ ਉਹਨਾਂ ਦੀ ਪਰਸੈਪਸ਼ਨ ਹੈ, ਮੈਂ ਉਹਦੀ ਇਸ ਗੱਲ 'ਤੇ ਕੋਈ ਜਵਾਬ ਨਹੀਂ ਦੇਣਾ ਚਾਹੁੰਦਾ ਕਿਉਂਕਿ ਬੀਜੇਪੀ ਹੁਣ ਅਨਿਲ ਜੋਸ਼ੀ BJP ਦਾ ਪਾਰਟ ਨਹੀਂ ਹੈ। ਤੁਸੀਂ ਸਰਕਾਰ ਦੀ ਗੱਲ ਕਰਦੇ, ਨਵਜੋਤ ਸਿੰਘ ਸਿੱਧੂ ਕਹਿੰਦਾ ਮੈਂ ਵਿਰੋਧੀਆਂ ਦੇ ਬੋਰੀਆ ਬਿਸਤਰੇ ਬੋਲ ਕਰ ਦਿਆਂਗਾ, ਮੰਜੇ ਬਿਸਤਰੇ। ਚਲੋ ਇਹ ਸਮਾਂ ਦੱਸੇਗਾ ਕਿ ਕੌਣ ਕਿਹਦੇ ਬੋਰੀਆ ਬਿਸਤਰੇ ਗੋਲ ਕਰਦਾ ਹੈ। ਰਾਜਨੀਤੀ ਦੇ ਵਿੱਚ ਮੈਂ ਫਿਰ ਇਹ ਗੱਲ ਕਹਿੰਦਾ, ਹੰਕਾਰੀ ਦੀ ਕਿਤੇ ਕੋਈ ਸਥਾਨ ਨਹੀਂ ਹੁੰਦਾ। ਪਰ ਜੀਵਨ ਜੀ, ਜੋ ਹਾਲਾਤ ਬਣੇ ਹੋਏ ਮਹਿੰਗਾਈ ਦੇ, ਇੰਨੀ ਮਹਿੰਗਾਈ ਹੋ ਗਈ, ਗਰੀਬ ਪਾਸੋਂ 2 ਜੂਨ ਦੀ ਰੋਟੀ ਕਮਾਉਣੀ ਵੀ ਔਖੀ ਹੋ ਚੁੱਕੀ ਆ, ਪੈਟਰੋਲ 100 ਤੋਂ 105 ਰੁਪਏ ਹੋ ਗਿਆ, ਡੀਜ਼ਲ ਦੀਆਂ ਕੀਮਤਾਂ ਵੱਧ ਗਈਆਂ ਨੇ, ਰਸੋਈ ਦੇ ਤੇਲ ਦੀਆਂ ਕੀਮਤਾਂ ਵੱਧ ਗਈਆਂ, ਉਹਦੇ ਬਾਰੇ ਕੀ ਕਹੋਗੇ? ਮਹਿੰਗਾਈ ਘਟਾਉਣ ਵਾਸਤੇ ਕੀ ਕਹੋਗੇ? ਦੇਖੋ, ਮੈਂ ਤੁਹਾਡੀ ਇਸ ਗੱਲ ਨਾਲ ਬਿਲਕੁਲ ਸਹਿਮਤ ਹੈ ਕਿ ਮਹਿੰਗਾਈ ਜ਼ਿਆਦਾ ਵਧੀ ਹੈ ਪਿਛਲੇ ਦਿਨਾਂ ਦੇ ਅੰਦਰ, ਪਰ ਮੈਂ ਤੁਹਾਨੂੰ ਇਹ ਵੀ ਦੱਸਾਂ ਕਿ ਪਿਛਲੇ 7 ਸਾਲ ਦੀ ਜਿਹੜੀ ਮੋਦੀ ਸਰਕਾਰ ਦਾ ਕਾਰਜਕਾਲ ਹੈ, ਇੱਕ ਸਮਾਂ ਸੀਗਾ ਜਦੋਂ ਮਹਿੰਗਾਈ ਦੀ ਦਰ ਸਭ ਤੋਂ ਨਿਚਲੇ ਸਤਰ 'ਤੇ ਚਲੀ ਗਈ ਸੀ। ਅੱਜ ਮਹਿੰਗਾਈ ਦਾ ਕਾਰਨ ਜਿਹੜਾ ਪ੍ਰਮੁੱਖ ਰਿਹਾ, ਅਸੀਂ ਕਿਹਨਾਂ ਸਥਿਤੀਆਂ 'ਚੋਂ ਨਿਕਲੇ ਹਾਂ। ਪਿਛਲਾ 1.5 ਸਾਲ ਅਸੀਂ ਕਰੋਨਾ ਦੀ ਮਹਾਂਮਾਰੀ ਵਰਗੀ ਮਹਾਂਮਾਰੀ ਨਾਲ ਲੜਾਈ ਲੜ ਰਹੇ ਹਾਂ, ਔਰ ਉਹਦੇ ਬਾਵਜੂਦ ਵੀ ਜੇ ਬਾਕੀ ਦੇਸ਼ਾਂ ਦੇ ਕੰਪੈਰੀਜ਼ਨ ਦੇਖੀਏ ਤਾਂ ਅਸੀਂ ਕਿਸ ਢੰਗ ਨਾਲ ਕਰੋਨਾ ਦੇ ਖਿਲਾਫ ਲੜੇ ਹਾਂ। ਕਾਰੋਬਾਰ ਬੰਦ ਹੋ ਗਏ, ਮਜਬੂਰੀਆਂ ਹੋਈਆਂ, ਇੰਡਸਟਰੀ ਬੰਦ ਹੋਈ ਹੈ, ਹਰ ਚੀਜ਼ ਨੂੰ ਧੱਕਾ ਲੱਗਿਆ, ਉਹਦੇ ਬਾਵਜੂਦ ਵੀ ਜਿਸ ਕੁਸ਼ਲ ਨੇਤ੍ਰਿਤਵ ਨੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀਮਾਨ ਨਰਿੰਦਰ ਮੋਦੀ ਜੀ ਨੇ ਕਰੋਨਾ ਦੇ ਨਾਲ ਲੜਾਈ ਲੜੀ ਹੈ, ਲੋਕਾਂ ਦੀਆਂ ਜਾਨਾਂ ਬਚਾਉਣ ਦਾ ਪ੍ਰਯਤਨ ਕੀਤਾ, ਉਹਦਾ ਸਿਸਟਮ ਬਣਾਇਆ, ਔਰ ਕਿੰਨੇ ਅੱਜ 50 ਕਰੋੜ ਦੇ ਲਗਭਗ ਲੋਕਾਂ ਨੂੰ ਵੈਕਸੀਨ ਲਗਾਉਣ ਦਾ ਕੰਮ ਇਸ ਸਰਕਾਰ ਨੇ ਪੂਰਾ ਕੀਤਾ, ਔਰ ਬਿਲਕੁਲ ਫ੍ਰੀ
ਜਿਹੜਾ ਹੋ ਰਿਹਾ ਉਹਦੇ 'ਤੇ ਪੈਸਾ ਲੱਗਿਆ ਹਰ ਚੀਜ਼ਾਂ ਜਿਹੜੀਆਂ ਅਸੀਂ ਸਮਝੀਏ ਕਿ ਇੱਕ ਪੋਕਟ ਦੇ ਵਿੱਚ ਕਿੰਨਾ ਪੈਸਾ ਉਹਨੂੰ ਕਿਸ ਤਰ੍ਹਾਂ ਵੰਡਣਾ ਔਰ ਪ੍ਰਾਇਓਰਟੀ ਕਿਸ ਚੀਜ਼ ਦੀ ਹੈ ਉਹ ਮੇਰੀ ਇਹ ਸਾਨੂੰ ਸਭ ਨੂੰ ਬੇਨਤੀ ਹੈ ਕਿ ਇਹ ਚੀਜ਼ਾਂ ਨੂੰ ਅਸੀਂ ਜ਼ਰੂਰ ਵਿਚਾਰ ਕਰੀਏ ਕਿ ਅੱਜ ਦੇਸ਼ ਦਾ ਪ੍ਰਧਾਨ ਮੰਤਰੀ ਉਹਨਾਂ ਚੀਜ਼ਾਂ ਨਾਲ ਲੜ ਰਿਹਾ ਜਿਹਦੀਆਂ ਜਿਹੜੀਆਂ ਕੁਦਰਤੀ ਤੌਰ 'ਤੇ ਸਾਡੇ ਗੱਲ ਪੈ ਗਈਆਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਹਿੰਗਾਈ ਵੀ ਕੰਟਰੋਲ ਹੋਣੀ ਹੈ ਔਰ ਇਹਦੇ ਵਿੱਚ ਜਿਹੜਾ ਪੈਟਰੋਲ ਦੀ ਗੱਲ ਵਾਰ ਵਾਰ ਤੁਸੀਂ ਪੈਟਰੋਲ ਡੀਜ਼ਲ ਦੀ ਗੱਲ ਕਰ ਰਹੇ ਹੋ ਮੈਂ ਬੜੀ ਗੱਲ ਤੁਹਾਨੂੰ ਸਪਸ਼ਟ ਕਰਨਾ ਚਾਹੁੰਦਾ ਕਿ ਜਿੰਨਾ ਟੈਕਸ ਪਹਿਲੀ ਗੱਲ ਤਾਂ ਜਿਹੜੀਆਂ ਇਹ ਪ੍ਰਾਈਸਿਸ ਨੇ ਇਹ ਇੰਟਰਨੈਸ਼ਨਲ ਲੈਵਲ ਦੇ ਸੰਦਰਭ ਦੇ ਵਿੱਚ ਹੀ ਘਟਦੀਆਂ ਵੱਧਦੀਆਂ ਔਰ ਦੂਸਰਾ ਕੇਂਦਰ ਸਰਕਾਰ ਨਾਲੋਂ ਦੁੱਗਣੇ ਨਾਲੋਂ ਵੀ ਜ਼ਿਆਦਾ ਟੈਕਸ ਪੰਜਾਬ ਸਰਕਾਰ ਲੈ ਰਹੀ ਹੈ ਤੀਸਰੀ ਗੱਲ 1.5 ਲੱਖ ਕਰੋੜ ਦੇ ਬੌਂਡ ਕੇਂਦਰ ਸਰਕਾਰ ਜਿਹੜੀ ਉਸ ਸਮੇਂ ਮਨਮੋਹਨ ਦੀ ਸਰਕਾਰ ਸੀ ਉਹਦੇ ਗਿਰਵੀ ਰੱਖੇ ਆ ਜਿਹਦੇ ਕਰਕੇ ਅੱਜ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦਾ ਸਾਨੂੰ ਇੰਨਾ ਵਾਧਾ ਜਿਹੜਾ ਉਠਾਉਣਾ ਪੈ ਰਿਹਾ ਇਹ ਗੱਲਾਂ ਸੋਚਣ 'ਤੇ ਵਿਚਾਰ ਕਰਨ ਵਾਲੀਆਂ ਹੈਗੀਆਂ ਸੋ ਪਰ ਫਿਰ ਵੀ ਮੈਂ ਤਾਂ ਇਸ ਗੱਲ ਦੇ ਵਾਸਤੇ ਮੋਦੀ ਜੀ ਨੂੰ ਸਾਧੂਵਾਦ ਦਊਂਗਾ ਕਿ ਇਹਨਾਂ ਸਾਰੀਆਂ ਲੜਾਈਆਂ ਲੜਨ ਦੇ ਬਾਵਜੂਦ ਵੀ ਉਹ ਅੱਗੇ ਵੱਧ ਰਹੇ ਬਿਆਨ ਕੀਤਾ ਕਿ ਪੰਜਾਬ ਦਾ ਹਰ ਕਿਸਾਨ ਪ੍ਰਧਾਨ ਹੈ ਉਹਨਾਂ ਨੂੰ ਚਿੰਤਨ ਹੈਗਾ ਅਤੇ ਉਹ ਹੱਕਾਂ ਦੀ ਲੜਾਈ ਲੜ ਕੇ ਰਹਿਣਗੇ ਪੰਜਾਬ ਦੇ ਹਰ ਕਿਸਾਨ ਨੂੰ ਉਹਨਾਂ ਨੇ ਪ੍ਰਧਾਨ ਕਿਹਾ ਨਹੀਂ ਦੇਖੋ ਇਸ ਤਰ੍ਹਾਂ ਹੈ ਕਿ ਪਿਛਲੇ ਦਿਨਾਂ ਤੋਂ ਜੋ ਘਟਨਾਕ੍ਰਮ ਹੋਏ ਹੈ ਉਹ ਬਿਲਕੁਲ ਇਹ ਨਿਕਲ ਕੇ ਸਾਹਮਣੇ ਆਇਆ ਕਿ ਨਵਜੋਤ ਸਿੰਘ ਸਿੱਧੂ ਕੇਵਲ ਆਪਣੀ ਲੜਾਈ ਲੜ ਰਹੇ ਸੀ ਉਹਨਾਂ ਦੀ ਡਿਮਾਂਡ ਸੀ ਕਾਂਗਰਸ ਦੇ ਅੰਦਰ ਵੀ ਚਾਹੇ ਉਹਨਾਂ ਨੂੰ ਡਿਪਟੀ ਮੁੱਖ ਮੰਤਰੀ ਬਣਾ ਦਿਓ ਅਤੇ ਚਾਹੇ ਪ੍ਰਧਾਨ ਬਣਾ ਦਿਓ ਔਰ ਮੈਂ ਤੁਹਾਨੂੰ ਇਹ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਗੱਲ ਕਹਿਣੀ ਚਾਹਾਂਗਾ ਕਿ ਜਦੋਂ ਉਹ ਭਾਰਤੀ ਜਨਤਾ ਪਾਰਟੀ 'ਚ ਸੀਗੇ ਜਦੋਂ ਭਾਰਤੀ ਜਨਤਾ ਪਾਰਟੀ ਨੂੰ ਆਪਣੀ ਮਾਂ ਕਹਿ ਰਹੇ ਸੀ ਅਤੇ ਜਦੋਂ ਹੁਣ ਉਹ ਕਾਂਗਰਸ ਚਲੇ ਗਏ ਹੁਣ ਉਹ ਕਾਂਗਰਸ ਨੂੰ ਆਪਣੀ ਮਾਂ ਕਹਿਣਾ ਉਹਨੂੰ ਸ਼ੁਰੂ ਕਰਤਾ ਔਰ ਮਾਂ ਇੱਕੋ ਹੀ ਹੁੰਦੀ ਹੈ ਮਾਵਾਂ ਸਦੇਲੇ ਪੁੱਤ ਬਦਲਦੇ ਨੇ ਜਿਹੜੇ ਮਾਂ ਦੇ ਜੰਮੇ ਹੋਏ ਨੇ ਉਹ ਕਦੇ ਮਾਵਾਂ ਨਹੀਂ ਬਦਲਦੇ ਹੈਗੇ ਜੇ ਕਲਪਨਾ ਕਰੋ ਜੇ ਸਿੱਧੂ ਸਾਹਿਬ ਕਾਂਗਰਸ ਦੇ ਪ੍ਰਧਾਨ ਨਾ ਬਣਦੇ ਤਾਂ ਉਹਨਾਂ ਦੀ ਮਾਂ ਹੁਣ ਹੋਰ ਕੋਈ ਨਵੀਂ ਹੋ ਜਾਣੀ ਸੀ ਸੋ ਇਸ ਕਰਕੇ ਮੇਰਾ ਇਹ ਕਹਿਣਾ ਹੈਗਾ ਕਿ ਸਿੱਧੂ ਸਾਹਿਬ ਕਿਸੇ ਪੰਜਾਬੀ ਦੀ ਲੜਾਈ ਨਹੀਂ ਲੜ ਰਹੇ ਸਿੱਧੂ ਸਾਹਿਬ ਕਿਸੇ ਕਿਸਾਨ ਦੀ ਲੜਾਈ ਨਹੀਂ ਲੜ ਰਹੇ ਕਿਸੇ ਵਪਾਰੀ ਦੀ ਲੜਾਈ ਨਹੀਂ ਲੜ ਰਹੇ ਨਾ ਹੀ ਕਿਸੇ ਇੰਡਸਟਰੀਜ਼ ਦੀ ਲੜਾਈ ਲੜ ਰਹੇ ਨੇ ਉਹ ਤਾਂ ਕੇਵਲ ਆਪਣੀ ਲੜਾਈ ਲੜ ਰਹੇ ਨੇ ਉਹਨਾਂ ਨੂੰ ਕੇਵਲ ਉਹਨਾਂ ਦਾ ਮਨਸ਼ਾ ਸੀਗੀ ਕਿ ਪ੍ਰਧਾਨ ਬਣਨਾ ਚਲੋ ਚੰਗਾ ਕਾਂਗਰਸ ਨੇ ਉਹਨਾਂ ਨੂੰ ਪ੍ਰਧਾਨ ਬਣਾਇਆ ਔਰ ਇਹ ਸਾਰੇ ਘਟਨਾਕ੍ਰਮ ਦੇ ਅੰਦਰ ਤੁਸੀਂ ਦੇਖ ਰਹੇ ਹੋ ਜੋ ਉਹਨਾਂ ਨੇ ਆਪਣੇ ਮੁੱਖ ਮੰਤਰੀ ਦੀ ਹਾਲਤ ਕੀਤੀ ਹੈ ਸਾਨੂੰ ਤਾਂ ਇਹ ਲੱਗ ਰਿਹਾ ਸੀਗਾ ਵੀ ਇਹ ਕਾਂਗਰਸ ਦੀ ਸਰਕਾਰ ਦੇ ਮੁੱਖ ਮੰਤਰੀ ਨਹੀਂ ਹੈਗੇ ਸੋ ਮੈਂ ਉਹਦੇ 'ਤੇ ਕੋਈ ਜ਼ਿਆਦਾ ਟਿੱਪਣੀ ਨਹੀਂ ਕਰਨੀ ਹੈ ਤਾਂ ਉਹਨਾਂ ਦਾ ਘਰੇਲੂ ਮਾਮਲਾ ਪਰ ਮੈਂ ਇੰਨੀ ਗੱਲ ਜ਼ਰੂਰ ਕਹਾਂਗਾ ਕਿ ਇਸ ਸਾਰੇ ਘਟਨਾਕ੍ਰਮ ਦੇ ਅੰਦਰ ਪੰਜਾਬ ਨੂੰ ਪੰਜਾਬੀਆਂ ਨੂੰ ਪੰਜਾਬੀਅਤ ਨੂੰ ਕੀ ਮਿਲਿਆ ਪੰਜਾਬ ਦੇ ਕਿਸਾਨ ਨੂੰ ਕੀ ਮਿਲਿਆ ਪੰਜਾਬ ਦੇ ਵਪਾਰੀ ਨੂੰ ਕੀ ਮਿਲਿਆ ਜਿੰਨੇ ਟਵੀਟ ਜਾਂ ਜਿੰਨਾ ਵਿਰੋਧ ਸਿੱਧੂ ਸਾਹਿਬ ਕੈਪਟਨ ਸਾਹਿਬ ਦਾ ਕਰ ਰਹੇ ਸੀ ਮੁੱਖ ਮੰਤਰੀ ਪੰਜਾਬ ਦਾ ਕਿਆ ਆਹ ਹੁਣ ਜਿਹੜੇ 4 ਮਹੀਨੇ 5 ਮਹੀਨੇ ਬਚੇ ਹੈ ਇਸ ਸਰਕਾਰ ਦੇ ਕਿਆ ਉਹਦੇ 'ਚ ਨਸ਼ਾ ਖਤਮ ਹੋ ਜਾਏਗਾ ਕਿਆ ਜਿਹੜੇ ਬੇਅਦਬੀ ਦੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾਂ ਮਿਲ ਜਾਣਗੀਆਂ ਕਿਆ ਬੇਰੁਜ਼ਗਾਰਾਂ ਨੂੰ ਨੌਕਰੀਆਂ ਮਿਲ ਜਾਣਗੀਆਂ ਕਿਆ ਬੇਰੁਜ਼ਗਾਰਾਂ ਨੂੰ ਬੇਰੁਜ਼ਗਾਰੀ ਪੱਤਾ ਮਿਲ ਜਾਏਗਾ ਨੌਜਵਾਨਾਂ ਨੂੰ ਸਮਾਰਟਫੋਨ ਮਿਲ ਜਾਣਗੇ ਕਿਆ ਜਿੰਨੇ ਵੀ ਵਾਅਦੇ ਉਹਨਾਂ ਨੇ ਕੀਤੇ ਸੀ ਕਿਆ ਉਹ ਉਹਨੂੰ ਪੂਰਨ ਕਰਾਉਣਗੇ ਜਾਂ ਉਹ ਮੁੱਖ ਮੰਤਰੀ ਬਦਲਣਗੇ ਨਵਜੋਤ ਸਿੰਘ ਸਿੱਧੂ ਮੇਰਾ ਇਹਨਾਂ ਨੂੰ ਸਵਾਲ ਹੈ ਜੋਸ਼ੀ ਨੇ ਆਵਾਜ਼ ਚੁੱਕੀ ਉਹਨਾਂ ਨੂੰ 6 ਸਾਲ ਵਾਸਤੇ ਪਾਰਟੀ ਤੋਂ ਨਿਸ਼ਕਾਸਿਤ ਕਰ ਦਿੱਤਾ ਗਿਆ ਕਿਹੜੀ ਐਡੀ ਮਜਬੂਰੀ ਸੀ ਵੀ ਉਹਨੇ ਕਿਸਾਨਾਂ ਦੀ ਗੱਲ ਕੀਤੀ ਸੀ ਦੇਖੋ ਐਸਾ ਹੈ ਕੋਈ ਵੀ ਪਾਰਟੀ ਕਿਸੇ ਨੂੰ ਵੀ ਕੱਢਣਾ ਨਹੀਂ ਚਾਹੁੰਦੀ ਖਾਸ ਕਰਕੇ ਮੈਂ ਭਾਰਤੀ ਜਨਤਾ ਪਾਰਟੀ ਬਾਰੇ ਇਹ ਗੱਲ ਬੜੇ ਤੁਹਾਨੂੰ ਪੱਕੇ ਤੌਰ 'ਤੇ ਕਹਿਣਾ ਚਾਹੁੰਦਾ ਕਿ ਅਸੀਂ ਕਾਰਜਕਰਤਾ ਦਾ ਨਿਰਮਾਣ ਕਰਦੇ ਹਾਂ ਕਾਰਜਕਰਤਾ ਨੂੰ ਤਿਆਰ ਕਰਦੇ ਹਾਂ ਔਰ ਜੋਸ਼ੀ ਸਾਹਿਬ ਨੂੰ ਜਿੱਦਣ ਇਹ ਫੈਸਲਾ ਪਾਰਟੀ ਵੱਲੋਂ ਕੀਤਾ ਗਿਆ ਸਾਡਾ ਆਪਣਾ ਵੀ ਮਨ ਦੁਖੀ ਸੀ ਕਿ ਉਹਨਾਂ ਨੂੰ ਪਾਰਟੀ 'ਚੋਂ ਕੱਢਿਆ ਨਹੀਂ ਜਾਣਾ ਚਾਹੀਦਾ ਸੀ ਪਰ ਪਿਛਲੇ ਦਿਨਾਂ ਦੇ ਦੌਰਾਨ ਉਹ ਗੱਲ ਜ਼ਰੂਰ ਕਿਸਾਨਾਂ ਦੀ ਕਰਦੇ ਨੇ ਉਹਨਾਂ ਨੇ ਇਸ ਗੱਲ ਨੂੰ ਢਾਲ ਜ਼ਰੂਰ ਬਣਾਇਆ ਕਿ ਮੈਂ ਕਿਸਾਨਾਂ ਦੀ ਗੱਲ ਕਰੂੰਗਾ ਪਰ ਮੈਂ ਇਹ ਪੁੱਛਣਾ ਚਾਹੁੰਦਾ ਕਿ ਜਦੋਂ ਉਹ ਮੰਤਰੀ ਸੀ ਪੰਜਾਬ ਸਰਕਾਰ ਦੇ ਅੰਦਰ ਅੱਜ ਉਹ ਸਟੇਜ 'ਤੇ ਖੜ੍ਹੇ ਹੋ ਕੇ ਕਿਸਾਨਾਂ ਦੀ ਗੱਲ ਕਰਦੇ ਹੈ ਅੱਜ ਉਹ ਸਟੇਜ 'ਤੇ ਖੜ੍ਹੇ ਹੋ ਕੇ ਵਪਾਰੀਆਂ ਦੀ ਉਦਯੋਗਪਤੀਆਂ ਦੀ ਪੰਜਾਬੀਆਂ ਦੀ ਗੱਲ ਕਰਦੇ ਹੈ ਉਹਨਾਂ ਕੋਲ ਬੜਾ ਵੱਡਾ ਮੌਕਾ ਸੀ ਉਹ ਪੰਜਾਬ ਸਰਕਾਰ ਦੇ ਵਿੱਚ ਇੰਡਸਟਰੀ ਮਿਨਿਸਟਰ ਵੀ ਰਹੇ ਉਹ ਪੰਜਾਬ ਸਰਕਾਰ ਦੇ ਵਿੱਚ ਲੋਕਲ ਬਾਡੀ ਮੰਤਰੀ ਰਹੇ ਜਿਨ੍ਹਾਂ ਨੂੰ ਸ਼ਹਿਰੀਆਂ ਦਾ ਮਹਿਕਮਾ ਕਿਹਾ ਜਾਂਦਾ ਜਦੋਂ ਵੀ ਯਾਦ ਆਈ ਉਹਨਾਂ ਨੂੰ ਜੇ ਉਹਨਾਂ ਨੇ ਕੁਛ ਅੱਛਾ ਕੀਤਾ ਹੁੰਦਾ ਤਾਂ ਸਾਡੀ ਸਰਕਾਰ ਰਿਪੀਟ ਹੋ ਜਾਣੀ ਸੀਗੀ ਸਾਨੂੰ ਜਦੋਂ ਤਾਂ 23 ਸੀਟਾਂ 'ਤੇ ਅਸੀਂ ਲੜਦੇ ਸੀਗੇ ਸੋ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਮੌਕਾ ਦਿੱਤਾ ਸੀ ਪਾਰਟੀ ਨੇ ਔਰ ਉਹ ਮੰਤਰੀ ਵੀ ਰਹੇ ਮੈਂ ਉਹਨਾਂ ਨੂੰ ਪੰਡਣਾ ਨਹੀਂ ਹੈਗਾ ਪਰ ਇਹ ਗੱਲ ਵਿਚਾਰਨ ਵਾਲੀ ਹੈਗੀ ਹੈ
कि उस टाइम उन्होंने उद्योगपतियों की या शहरियों की किन्नी गल सुनी, किन्नी गल इंडस्ट्रीज की सुनी, इंडस्ट्री मिनिस्टर भी रहे, और किन्नी गल आवाज़ किसानों की उठाई। अज एक गलत लाइन में पकड़ते हुए वो किसानों को ढाल बना रहे हैं। मैं उन्होंने इस गल इतफाक नहीं। देखो सरकार जो चाहिए जो परफॉर्मेंस कमी होंगी है, मैं इस गल मन कोई गरीज नहीं करता कि कुछ कमियां रही कि सरकार बदली, नहीं तो जिन्ना विकास उन्होंने दिनों के अंदर होया सरकार बदली नहीं होनी चाहिए सी। हंकार जड़ा बंदे नू निगार वालों लैके जाता, इस करके हंकार ही नहीं होना चाहिए। देखो बीजेपी पंजाब बड़ी स्पष्ट है, असी साफ सुथरा प्रशासन देने वास्ते पंजाब सरकार बनानी है, नशा मुक्त करन वास्ते पंजाब सरकार बनानी है, और जो गल कहांगे उन्हूं पूर्ण करन। ताकि एक गल मैं बड़ी स्पष्ट तुहाडे माध्यम दे नाल पंजाबियों नूं सुनेहा देना चाहांगा, साडे सूबा प्रधान श्रीमान अश्विनी शर्मा जी सारिआं दी गल नूं मंथन करन तों बाद आम गल कह रहे ने कि जदों असी कोई गल कहांगे, क्योंकि सारिआं पार्टियां नूं देखिआ लोकां ने पंजाबियों ने, जे असी कहांगे कि असी नशा मुक्त करना है तो पंजाबी साडी गल ते विश्वास करूगा। जे असी कहांगे कि किसानों के प्रति असी कोई घोषणा करनी है तो वो पंजाबी और किसान विश्वास करेंगे साडी गल ते, क्योंकि जिन्नियां भी गल्लां साडी केंद्र की लीडरशिप ने अज तक कमिटमेंट की है उन्हूं 100% पूरा किया, उसके विच किसी तरह की कोई कमी नहीं रखी। इस तरह पंजाब के अंदर भी बहुत अजे काम करने की जरूरत है, बहुत कुछ करने की जरूरत है, और पंजाब दे विच अगर भारतीय जनता पार्टी ही एक ऐसा विकल्प है, अगर भारतीय जनता पार्टी की सरकार पंजाब च बनती है तो पंजाब उही हसदा वसदा खेड़िया खिड़िया पंजाब जिदी कल्पना असी सारे करना कर रहे हैं वो भारतीय जनता पार्टी।